गुराया सिद्ध बाबा बालकनाथ मंदिर दे लंगर हॉल अते मंदिर दे गेट दे नाल ही एक अर्चक दे दर्शन दे करीब चोरा ने गेट दा ताला तोड़ के चोरी दी वारदात नूं अंजाम दिता। इस संबंधी जानकारी दिंदे साबका काउंसलर सुरेंद्र कालिया ने दस्या कि मंदिर च लगे सीसीटीवी कैमरिया की जांच करन ते पता लग गया कि एक महिंद्रा पिकअप कार च सवार अद्धे दर्जन दे करीब चोरा ने मंदिर दे लंगर गेट दा ताला तड़के 3:40 ते करीब तोड़िया ते उत्थों एक जनरेटर लंगर दियां बाल्टियां ते पेंट दियां बाल्टियां चोरी करके हॉल विच्चों भज गए। उन्होंने नेड़ले एक घर दे गेट दा ताला तोड़ दिता ते अंदर पए लोहे दे गेट लैके फरार होए। इस संबंधी उन्होंने पुलिस नूं शिकायत दे के मंग की है कि जिथे पुलिस चोरां नूं जल्दी काबू करे उत्थे ही गश्त भी वधाई जावे, क्योंकि जेकर नैशनल हाईवे ते चोर सुरक्षित हन तां लोक कित्थे सुरक्षित हैं। हाँ जी काले साहब, की वारदात की हुई है? इतने बाबा बालकनाथ मंदिर का जो डेली इतने लंगर चलता है वो लंगर इतने तैयार होंगे। अज सवेरे 3:35 चोरों ने जिंदा तोड़िया। एक इतने जनरेटर पिया, जनरेटर लै गया, तो एक स्टील दियां बाल्टियां लै गया, इतने रंग दियां बाल्टियां पईयां सी, लै गया लोहा पिया सी लै गया। साढ़े गुआंढ भी वह रात जिंदे भर गए, उत्थों भी समान लै गया। बिलकुल कुछ नहीं ढकिया सी, आम सीधा आम आदमी। 3:35 दिखता सारा कैमरिया कैमरे आया हुआ सब कुछ, सब कुछ लगाए जी। ਕਿੰਨਾ ਕੁ ਨੁਕਸਾਨ ਕਿੰਨਾ ਕੁ ਦਾ ਜੀ? ਪਹਿਲਾਂ ਨੁਕਸਾਨ 25-30 ਹਜ਼ਾਰ ਦਾ ਜਨਰੇਟਰ ਸੀ, ਅਤੇ ਆ ਮੇਰੇ ਘਰ ਬਾਲਟੀ ਸੀ ਰੰਗ ਦੀ ਹੋਣੀ ਆ ਕੋਈ 4-5 ਹਜ਼ਾਰ ਦੀ, ਅਤੇ ਹੋਰ ਦੂਜਾ ਸਮਾਨ ਪਿਆ ਸੀ, ਬਾਲਟੀ ਸੀ, ਹੋਰ ਲੋਹੇ ਦਾ ਸਮਾਨ ਸੀ। ਪੁਲਿਸ ਨੂੰ ਦਿੱਤੇ? ਹਾਂਜੀ, ਪੁਲਿਸ ਨੂੰ ਚਲਾ, ਪੁਲਿਸ ਆਈ ਸੀ ਦੇਖ ਗਈ ਮੌਕਾ, ਉਹਨੂੰ ਕਹਿ ਦੂਜੀ ਵੀ ਦੇਖ ਵੀਡੀਓ ਭੇਜ ਦਿੱਤੀ ਆ। ਮੰਗ ਕੀ ਕਰੂੰਗਾ ਜੀ? ਮੰਗ ਕੀ ਆ ਕਿ ਇੱਦਾਂ ਦਾ ਲੁੱਟਾ ਖੋਹਾਂ ਤੋਂ ਜਾਰੀ ਕਰ, ਸਰਕਾਰ ਨੂੰ ਸੁਚੇਤ ਕਰਨਾ ਚਾਹੀਦਾ। ਹੁਣ ਇੱਥੇ ਡੇਲੀ ਤਾਂ ਲੋਕਾਂ ਦੀ ਸੇਵਾ ਹੁੰਦੀ ਆ, ਸੇਵਾ ਲਈ ਲੰਗਰ ਬਣਦਾ, ਸਾਰਿਆਂ ਨੂੰ ਪਤਾ ਵੀ ਰੋਜ਼ ਇੱਥੇ ਬਾਬਾ ਬਾਲਕਨਾਥ ਲੰਗਰ ਚੱਲਦਾ, ਉਹ ਲੰਗਰ ਦਾ ਸਮਾਨ ਵੀ ਲੈ ਗਿਆ, ਜਨਰੇਟਰ ਵੀ ਲੈ ਗਿਆ। ਪਹਿਲਾਂ ਤੁਹਾਡੇ ਗੁਆਂਢ ਦੇ ਵਿੱਚ ਬੈਟਰੀਆਂ ਦੀ ਦੁਕਾਨ 'ਚ ਬੈਟਰੀਆਂ ਤਾਂ ਚੋਰੀ ਹੋਈ ਸੀ, ਫਿਰ ਨਾਲ ਕੱਲ੍ਹ ਜਿੰਦਾ ਉੱਥੋਂ ਭੰਨਿਆ, ਅੱਜ ਜਿੰਦਾ ਸਾਡਾ ਭੰਨਿਆ, ਬੜੇ ਸ਼ਰੇਆਮ ਆਇਆ, ਕੋਈ ਡਰ ਨਹੀਂ, ਕੋਈ ਚੁੱਕਰ ਨਹੀਂ ਉਹਨਾਂ ਨੂੰ। ਗਸ਼ਤ ਵਗੈਰਾ ਪੁਲਿਸ ਨੂੰ ਵਧਾਉਣੀ ਚਾਹੀਦੀ ਹੈ? ਰਾਤ ਨੂੰ ਪੁਲਿਸ ਨੂੰ ਗਸ਼ਤ ਵਧਾਉਣੀ ਚਾਹੀਦੀ, ਪੁਲਿਸ ਨੂੰ ਦੇਖਣਾ ਚਾਹੀਦਾ, ਰਾਤ ਨੂੰ ਗੇੜਾ ਹੀ ਲਾਈ ਚੱਲੇ ਵੀ ਡਰ ਦੋ, ਰਾਤੀ ਬੇਫਿਕਰ ਸੜਕ ਦੇ ਜੀਟਰ ਤੇ ਗੱਡੀ ਖੜੀ ਕੀਤੀ ਆ। ਅੱਛਾ, ਕੈਮਰੇ ਤੁਸੀਂ ਦੇਖਿਆ ਕਿੰਨੇ ਕੁ ਉਹਨਾਂ ਨੇ ਟਾਈਮ ਕਿੰਨਾ ਕੁ ਲਾਇਆ ਹੈਗਾ? ਟਾਈਮ ਵੱਧ ਤੋਂ ਵੱਧ ਜੀ 10 ਮਿੰਟ ਲਾਇਆ, ਵੱਧ ਤੋਂ ਵੱਧ। ਅੱਛਾ, 10 ਮਿੰਟ ਦੇ ਵਿੱਚ? 10 ਮਿੰਟ 'ਚ ਸਭ ਗੇੜਾ ਕਰ। ਹਾਂ, ਕਿਆ ਨਾਮ ਹੈ ਆਪਾਂ? ਮੇਰਾ ਨਾਮ ਲੱਲੂ ਹੈ ਜੀ, ਇੱਥੇ ਲੱਲੂ ਕਹਿੰਦੇ ਹੈਗੇ ਸਭ। ਅੱਛਾ, ਕਿਆ ਵਾਰਦਾਤ ਕੀ ਹੋਈ ਹੈ? ਹਾਂਜੀ, ਵਾਰਦਾਤ ਕੀ ਹੋਈ ਹੈ? ਰਾਤ 3:40 ਤੇ ਆਈ ਹੈਗੀ ਹੈ ਕੈਮਰੇ ਦੇ ਵਿੱਚ ਜੀ। ਅੱਛਾ, ਗੱਡੀ? ਹਾਂਜੀ। ਕੀ ਇੱਥੋਂ ਕੀ ਲੈ ਕੇ ਗਏ? ਕਿਹਦਾ ਮਕਾਨ ਹੈ ਇਹ? ਇਹ ਹੈਗਾ ਪਰਮਜੀਤ ਦਾ। ਹਾਂ, ਉਹ ਜਿਹੜੇ ਹੈਗੇ ਕੀ ਨਾਮ ਆ, ਇਹ ਬਾਹਰ ਛੋਟੀਆਂ ਮਸ਼ੀਨਾਂ ਬਣਾਉਂਦੇ ਆ। ਹਾਂ ਹਾਂ, ਸਾਬਤ ਨਾਲੀਆਂ ਉਹਨਾਂ ਦਾ ਆ, ਤੇ ਇੱਥੇ ਗੇਟ ਗੂਟ ਪਏ ਸੀਗੇ, ਉਹ ਲੈ ਕੇ ਗਏ ਜੀ। ਲੋਹੇ ਦੇ ਗੇਟ ਸੀ? ਹਾਂਜੀ ਹਾਂਜੀ। ਕਿੰਨੇ ਗੇਟ ਲੈ ਗਏ? 2 ਲੈ ਗਏ ਜੀ। ਹੋਰ ਵੀ ਕੁਛ ਸਮਾਨ ਲੱਗੇ? ਹੋਰ ਤਾਂ ਬਾਬੂ ਪਤਾ ਨਹੀਂ ਹੈਗਾ, ਆਪਾਂ ਕਦੇ ਖੋਲੀਏ ਨਹੀਂ ਸੀਗਾ। ਪੁਲਿਸ ਨੂੰ ਦੱਸ ਦਿੱਤਾ? ਹਾਂਜੀ, ਪੁਲਿਸ ਆਈ ਸੀ। ਹਾਂਜੀ, ਪੁਲਿਸ ਆਈ ਸੀ? ਪੁਲਿਸ ਨਹੀਂ ਨਹੀਂ ਕੋਈ ਨਹੀਂ ਆਇਆ ਜੀ। ਆਈ ਆ? ਹਾਂ ਆਈ ਆ ਜੀ।